ਸੋ ਤੁਸੀਂ ਗੁਰੂ ਕਾਲ ਦੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ 18 ਮਈ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ حاضر ਆ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਯਾਨੀ ਕਿ ਪੂਰੀ ਰਾਤ ਸਮੇਂ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ। ਸੋ ਜਿਵੇਂ ਕਿ ਅੱਜ ਆਪਾਂ ਦੇਖਿਆ ਕਿ ਸਵੇਰ ਤੋਂ ਪੰਜਾਬ ਦੇ ਪੂਰਬੀ ਅਤੇ ਕੁਝ ਦੱਖਣੀ ਭਾਗਾਂ ਵਿੱਚ ਬੱਦਲਵਾਈ ਸੀ ਪਰ ਦੁਪਹਿਰ ਤੋਂ ਬਾਅਦ ਜਿਹੜਾ ਬੱਦਲਵਾਈ ਦਾ ਦੌਰ ਹੈ ਲਗਭਗ ਸਾਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਬੱਦਲਵਾਈ ਦਾ ਜੋ ਕਾਰਨ ਹੈ ਉਹ ਤੂਫਾਨ ਹੈ ਜਿਹੜਾ ਕਿ ਅਰਬ ਸਾਗਰ ਤੋਂ ਹੁਣ ਗੁਜਰਾਤ ਤੋਂ ਬਾਅਦ ਰਾਜਸਥਾਨ ਦੇ ਇਲਾਕਿਆਂ ਵਿੱਚ ਪਹੁੰਚਣ ਵਾਲਾ ਹੈ ਤੇ ਜਿਸ ਤੋਂ ਬਾਅਦ ਇਹ ਹਰਿਆਣੇ ਤੋਂ ਹੁੰਦਾ ਹੋਇਆ ਅੱਗੇ ਪੱਛਮੀ ਯੂਪੀ ਤੱਕ ਜਾਵੇਗਾ ਤੇ ਇਸ ਦੇ ਨਾਲ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਭਾਰੀ ਤੋਂ ਬਹੁਤ ਭਾਰੀ ਮੀਂਹ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਜੇਕਰ ਹੁਣ ਆਪਾਂ ਰਾਤ ਦੀ ਗੱਲ ਕਰੀਏ ਤਾਂ ਅੱਜ ਰਾਤ ਦੇ ਸਮੇਂ ਪੰਜਾਬ ਦਾ ਮੌਸਮ ਜਿਹੜਾ ਇਸ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਰਹੇਗਾ ਜਿਹੜਾ ਬੱਦਲਬਾਈ ਆ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦੀ ਬਣੀ ਰਹੇਗੀ ਕਿਸੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਘਣੀ ਬੱਦਲਬਾਈ ਮਤਲਬ ਮੀਂਹ ਵਾਲੇ ਬੱਦਲਬਾਈ ਦੀ ਜਿਹੜੀ ਹਾਲਾਤ ਨੇ ਉਹ ਬਹੁਤ ਘੱਟ ਹੋਣਗੇ ਕਿਉਂਕਿ ਜਿਹੜਾ ਇਸ ਸਾਈਕਲੋਨ ਦੇ ਜਿਹੜਾ ਘੁੰਮਣ ਦੇ ਕਾਰਨ ਜਿਹੜੇ ਹਵਾਵਾਂ ਦੇ ਨਾਲ ਬੱਦਲ ਨੇ ਉਹ ਕਾਫੀ ਦੂਰ ਤੱਕ ਏਰੀਆ ਤੱਕ ਫੈਲੇ ਹੋਏ ਨੇ ਜਿਸ ਦੇ ਕਰਕੇ ਪੰਜਾਬ ਵਿੱਚ ਇਹ ਬੱਦਲਬਾਈ ਪਹੁੰਚੀ ਹੈ ਤੇ ਹਵਾਵਾਂ ਵੀ ਲਗਭਗ ਪੂਰਬੀ ਅਤੇ ਦੱਖਣੀ ਦਿਸ਼ਾ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਗਦੀਆਂ ਰਹਿਣਗੀਆਂ ਜਿਨ੍ਹਾਂ ਦੀ ਗਤੀ 10 ਤੋਂ ਲੈ ਕੇ 30 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਤੇ ਜੇਕਰ ਮੀਂਹ ਦੀ ਗੱਲ ਕਰੀਏ ਫਿਲਹਾਲ ਪਸੂਬੇ ਪੰਜਾਬ ਵਿੱਚ ਰਾਤ ਦੇ ਸਮੇਂ ਕੋਈ ਜ਼ਿਆਦਾ ਕਿਸੇ ਇਲਾਕੇ ਵਿੱਚ ਮੀਂਹ ਪੈਣ ਦੇ ਹਾਲਾਤ ਨਹੀਂ ਹੋਣਗੇ ਕੋਈ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਹਲਕੀ-ਫੁਲਕੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਪਰ ਕਿਸੇ ਲੱਖ ਵਿੱਚ ਕੋਈ ਜ਼ਿਆਦਾ ਮੀਂਹ ਦੇ ਅਸਰ ਨਹੀਂ ਹੋਣਗੇ